ਨਾ ਤਖਾਣਾ ਤੁਹਾਨੂੰ ਕੀ ਦੇਣਾ ਹੈ ਕੀ ਲੈਣਾ ਜੇ ਕਿਆਮਤ ਵਾਲੇ ਦਿਨ ਬੜੇ ਬੜੇ ਨਾਥਾਂ ਰੱਬ ਨੇ ਪੁੱਠੇ ਕੀਤੇ ਹੋਣੇ ਨੇ ਬੜੇ ਬੜੇ ਮਹਿਫਲੇ ਨਾਥ ਕਰਾਉਣ ਵਾਲੇ ਰੱਬ ਨੇ ਪੁੱਠੇ ਕੀਤੇ ਹੋਣੇ ਨੇ ਕਿਉਂ ਇੱਥੇ ਤੁਹਾਡੇ ਮਹਿਫਲੇ ਨਾਥ ਹੁੰਦੀ ਤੇ ਇਹਦੇ ਨਾਲ ਡਬਲ ਮਜਮਾ ਹੋਣਾ ਸੀ ਹੁਣ ਇੱਥੇ ਦਾ ਕੋਈ ਬੰਦਾ ਦੋ ਢਾਈ ਤਿੰਨ ਹਜ਼ਾਰ ਬੈਠਾ ਨਾ ਇਹਦੇ ਨਾਲ ਡਬਲ ਮਜਮਾ ਹੋਣਾ ਸੀ ਨਾਥਖਾਨਾ ਕਿਉਂ ਮਜਮਾ ਹੋਣਾ ਸੀ ਟਾਊਟ ਉਹਨਾਂ ਦੇ ਬੜੇ ਨੇ ਤੇ ਮਗਰ ਹੁਣ ਤੇ ਪੀਰ ਅੱਲਾ ਮਾਫ ਕਰੇ ਇਹ ਜਿਹੜੇ ਪੀਰ ਨੇ ਨਾ ਦੋ ਨੰਬਰ ਇਹਨਾਂ ਨੂੰ ਮੰਨਦਾ ਕੋਈ ਨਹੀਂ ਤੇ ਵਾਹ ਵਾਹ ਜਿਹੜੇ ਨਾਥਖਾਨਾ ਵਾਹ 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 ਵਾਲੇ ਉਹਨਾਂ ਨੂੰ ਬੁਲਾ ਬੁਲਾ ਕੇ ਉਹਨੇ ਸਟੇਜਾਂ ਤੇ ਨਾਥਾ ਪੜਾ ਕੇ ਤੇ ਪੀਰ ਆਪਣੀ ਮਸ਼ਹੂਰੀ ਕਰਾ ਰਹੇ ਨੇ ਕਿ ਲੋਕ ਸਾਡੀ ਬੈਤ ਕਰਨ ਇਹ ਦੋ ਨੰਬਰ ਪੀਰਾਂ ਕੋਲੋਂ ਬਚੋ ਇਹ ਜਦੋਂ ਇਹਨਾਂ ਦੇ ਧਿਆਨ ਕਰਿਆ ਕਰੋ ਇਹ ਪੰਜ ਹਜ਼ਾਰ ਦਾ ਨੋਟ ਹੈ ਨਾ ਪੰਜ ਹਜ਼ਾਰ ਦਾ ਨੋਟ ਔਰ ਬੜਾ ਇੱਕ ਨੋਟ ਪੰਜ ਹਜ਼ਾਰ ਦਾ ਨੋਟ ਜਿਹੜਾ ਨਾ ਤੁਸੀਂ ਉਹਨੂੰ ਚੈੱਕ ਕਰਕੇ ਤੇ ਜੇਬ 'ਚ ਪਾਉਂਦੇ ਹੋ ਜਿਹਨੂੰ ਜੇਬ ਵਿੱਚ ਪਾਉਣਾ ਹੈ ਉਹਨੂੰ ਚੈੱਕ ਕਰਕੇ ਪਾਉਂਦੇ ਹੋ ਤੇ ਜਿਹਨੂੰ ਦਿਲ 'ਚ ਪਾਉਣਾ ਹੈ ਜੇ ਤੁਹਾਡਾ ਪੀਰ ਸੱਜਦ ਹੈ ਉਹਦਾ ਸ਼ਜਰਾ ਨਸਬ ਚੈੱਕ ਕਰੋ ਸਨ 47 ਦਾ ਸੱਜਦ ਨਾ ਹੋਵੇ ਠੀਕ ਕਹਿ ਰਿਹਾ ਗਲਤ ਕਹਿ ਰਿਹਾ ਪੀਰ ਦਾ ਵੀ ਸ਼ਜਰ ਨਸਬ ਕੰਗਾਲਣਾ ਚਾਹੀਦਾ ਰਿਸ਼ਤਾ ਕਰਨਾ ਹੋਵੇ ਬੱਚੀ ਵੇਖਣੀ ਹੋਵੇ ਜਾਂ ਬੱਚਾ ਵੇਖਣਾ ਹੋਵੇ ਖੰਗਾਲ ਦਿਓ ਕਿ ਨਹੀਂ ਪੀਰ ਵੀ ਖੰਗਾਲੋ ਸਨ 47 ਦਾ ਸੱਜਦ ਨਾ ਹੋਵੇ ਜਿਵੇਂ ਮੋੜ ਇਮਨਾਬਾਦ ਵਾਲਾ ਸੋਹਣਾ ਮਾਈ ਹੈ ਤੁਸੀਂ ਉਹਨੂੰ ਗੈਰ ਸੱਯਦ ਨਾ ਆਖਿਆ ਤੇ ਸਾਡੇ ਸਾਹਮਣੇ ਸੱਯਦ ਬਣਿਆ ਅਸੀਂ ਗੁਆਮ ਅਲਹਮਦੁਲਿਲਾ ਸਾਡੇ ਸਾਹਮਣੇ ਬਣਿਆ ਇਹ ਵੀ ਜ਼ਿਹਨ ਚ ਰੱਖਿਆ ਹੋਰ ਵੀ ਇੰਜ ਦੇ ਬੜੇ ਨੇ ਤੇ ਜਿਹੜਾ ਧੱਕੇ ਨਾਲ ਸੱਯਦ ਬਣ ਜਾਏ ਤੇ ਲੋਕਾਂ ਕੋਲ ਬੈਤ ਲਵੇ ਉਹਨੂੰ ਮਦੀਨੇ ਫੈਜ਼ ਕਿੱਥੋਂ ਲੱਭਣਾ ਉਸ ਮੁਰੀਦ ਨੂੰ ਜਿਹਨੇ ਨਬੀ ਕਰੀਮ ਦੀ ਬਲਾਦਰੀ ਦੇ ਵਿੱਚ ਹੱਥ ਪਾਏ ਆ ਤੇ ਕਬੀਨੇ ਆ ਤੇਰੇ ਤੋਂ ਵੱਡਾ ਬਦਬਖਤ ਕਿਹੜਾ ਹੋਣਾ ਜਰਨਲ ਗੱਲ ਕਰ ਰਹੇ ਹਾਂ ਸੱਯਦ ਹੈ ਤੇ ਸ਼ਜਰਾ ਨਸਬ ਚੈੱਕ ਕਰੋ ਪੀਰ ਫੜਿਆ ਜਾ ਤੇ ਦੇਖੋ ਸ਼ਰੀਅਤ ਦਾ ਪਾਸਦਾਰ ਹੈ ਸੁਨਨਤ ਦਾ ਪਾਸਦਾਰ ਹੈ ਕਈ ਬਦਬਖਤ ਪੀਰ ਮਜ਼ਹਬ ਤੇ ਮਸਲਕ ਦਾ ਨੁਕਸਾਨ ਸਾਡੇ ਵਾਸਤੇ ਨੇ ਉਹ ਬੀਬੀ ਨੂੰ ਪਿਆਰ ਦੇਣ ਲੱਗਿਆ ਉਹ ਭਾਈ ਜਾਨ ਮਾਦਰਾ ਤੁਹਾਨੂੰ ਇੱਕ ਥੋੜ੍ਹਾ ਜਿਹਾ ਉੱਥੇ ਕੰਮ ਬੀਬੀ ਪਿਆਰ ਲੈਣ ਆਈ ਹੈ ਨਾ ਤੇ ਇੰਜ ਪਿਆਰ ਦਿੱਤਾ ਤਾਂ ਇੰਜ ਕਮਰ ਤੱਕ ਹੱਥ ਲੈ ਗਿਆ ਇਹੋ ਜਿਹੇ ਪੀਰ ਨੂੰ ਜੁੱਤੀ ਲਾ ਕੇ 5000 ਪੂਰੀ ਕਰਨੀ ਹੈ 4999 ਮਾਰ ਕੇ ਨਾ ਤੇ ਫੇਰ ਆਖੋ ਪੀਰ ਜੀ ਗੁਸਤਾਖੀ ਹੋ ਗਈ ਮੈਂ ਤੁਹਾਡੀ ਮੈਂ ਗਿਣਤੀ ਭੁੱਲ ਗਿਆ ਇਜਾਜ਼ਤ ਕਰੋ ਤੇ ਮੁੰਡਾ ਸ਼ੁਰੂ ਕਰ ਲਵਾਂ ਮੈਂ ਸਹੀ ਕਹਿਣਾ ਕਿਆ ਬਾਤ ਮੇਰੇ سارے دو نمبر پیران ٹریکٹر کے ٹائروں کے پنچر لاؤ کی دکان لا کے دو ایک ٹائر پنچر لا کے بھی سو لگے پتا لگے گا کر کے کھانی پینچ اپنے پاپا جام مشن سے کس طرح منگ پہلے لبیک لبیک یا رسول اللہ لبیک 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 یا
میں تہاڈی توجہ صرف قران پاک پر مسجد والے نمازوں پر سبحان اللہ سبحان اللہ مت جان گے اسی قران نال ساڈی جاری کو نہیں لگی تے اسی بخشے جاواں گے ਇੱਡੀ ਲੰਮੀ ਕਿਸ਼ਤ ਉਹਨਾਂ ਵਾਲੇ ਦਿਨ ਬੰਦੇ ਨੂੰ ਫੜਾਉਂਦੇ ਨੇ 10 ਵਾਲੇ ਦਿਨ ਤੇ 40 ਵਾਲੇ ਦਿਨ ਤੇ ਸਾਰੇ ਮੇਰੇ ਅੱਬਾ ਜੀ ਨੂੰ 387 ਕੁਰਾਨ ਪੜਾਉਣ ਨੂੰ ਲੋੜ ਆਉਂਦੇ ਮੇਰੇ ਅੱਬਾ ਜੀ ਨੂੰ ਪਹਿਲਾ ਦੂਸਰਾ ਤੀਸਰਾ ਕਲਮਾ ਬਖਸ਼ੋ ਸਵਾ ਸਵਾ ਲੱਖ ਬਰਕਤ ਹੈ ਮੇਰੇ ਅੱਬਾ ਜੀ ਨੂੰ ਜਾ ਹਜ ਜਾ ਕੇ ਉਹ ਲੋਕ ਆਉਂਦੇ ਨੇ ਹੈ ਸਾਨੂੰ ਖਤਮ ਦੇ ਟਾਈਮ ਦੇ ਇਹ ਮੇਰੇ ਅੱਬਾ ਜੀ ਨੂੰ 35 ਲੱਖ ਦਫਾ ਸਾ ਜਾ ਹਜ ਜਾ ਕੇ ਉਹ ਪੜਾਇਆ ਇਹ ਵੀ ਬਖਸ਼ੋ ਸਾਰੇ ਜ਼ਿੰਦਗੀ ਅੱਬਾ ਜੀ ਦਾ ਮਸਲਾ ਮੂਰਾ ਵੇਖਿਆ ਹੋਵੇ ਸੁਭਾਨ ਅੱਲਾਹ ਉੱਥੇ ਵੀ ਨਵੀਂ ਦਿਸ਼ਟੀ ਦੇ ਰਹੇ دنیا کتاب کٹ کے لیا جفت کا لفظ سینے سے رک جائے کوئی کتاب کٹ کے لیا لفظ کا لفظ سینے سے رک جائے قرآن پتا کیوں رک جانا ہے یہ بھی حفاظت اللہ یہاں پیا فرماتا ہے حضرات جب قرآن دے تے حملہ ہون لگا تے نبی دا نواسا جدا نام مولا حسین او حسین اٹھیا کون اٹھے جدا نام مولا حسین پاک دا نام چی لے حضرات جب یزید نے قرآن دیا حدا نو تروڑیا حضرات یزید نے چاہیا میں قرآن یک بانین ختم کر گئے اپنے قانون بنا کے جاری کرانگا پہرا دیر واسطے اور نبی دی زبان چوسن والا جدا نام مولا حسین اے نام تسا اچا لے لے اے بڑی عظیم ہستی ہے جنہیں قرآن دی حفاظت کیتی ہے جانا دتی والے اس میں حسین تسا بیان کر رہے حضرات بابا سے بلند کرو جدا نام مولا زبان میٹھیا کر لو اپنی زبان چ مٹھاس پیدا کر لو بڑی برکت ہو جائے گی سید حسین کا نام ذرا پڑھو خبر جبریل نبی کو لے کے آیا وہ نام مولا ہاتھ ایک سینہ جوڑا بڑا پیار والا بے شکرا تھے جمانہ دے ہاتھ ایک سینہ تانی اس میں حسین اچھی بڑھ لے دے پڑے ہو جنہی اندر بھی حسین جنہی بار بھی حسین دے قرآن واسطے حسین دے پتر پر آپ دیجے دے چھڑے رہے وہ بھی میں گل کر لگا جنہی بلاتا دی خبر جبریل لے کے آیا وہ دا نام مولا حسین جنہوں گردی رسول نے آپ دیتی ہے وہ دا نام مولا حسین اولا جیدے کانوے چازان میرے نبی نے یاد پڑی ہے وہ دا نام مولا حسین جیدی پرورش رسول نے آپ دیتی ہے وہ دا نام مولا حسین اور جنہوں نبی نے اپنی زبان نے مقدس چوسائی ہے خدا نام مولا حسین اسٹیج والے نے جو حق چکنے ہینڈ تک بند اپنی محبت اظہار جنہوں نبی نے اپنی زبان چوسائی ہے خدا نام مولا حسین اے لوگو جنی زبان رسول آپ چوسی ہے خدا نام مولا حسین ایک بولا جنہی علی ساؤنڈ والا محبت اظہار کر رہے ہیں تسی نہیں ساؤنڈ دی طرح بولو حضرات جنہوں نبی نے اپنی گود وچ فرمان چڑھایا ہے خدا نام مولا حسین او لوگو جنہوں نبی نے قدریاں دے چڑھا کے مدینے دی گلیاں دی سیر کرائی ہے خدا نام مولا حسین حضرات جنہوں نبی قدریاں دے چڑھا کے آکھے ہے اشارہ کرن لگا جنہوں
تیرا نانا آج اتاری موڑ جائے گا او دا نام مولا حسین حضرات نے سات سال نانے دے کندیاں دے چڑھ گئے مدینے دی گلیاں چ نوابی کیتی ہے او دا نام مولا حسین اوئے لوکو سنا اسی خلفائے راشدین دے جھنڈے دے تھلے سید حسین دی عظمت دے نعرے لا رہے ہاں حضرات گرامی جنوں نبی کریم نے آپ لقمے چبا چبا کے کھلائے او دا نام مولا حسین او جن نے کربلا فسایا ہے آیا دا نام مولا حسین جن نے اکبر کوہایا ہے آیا دا نام مولا حسین جن نے اونا محمد اسلام نو دتے نے آیا دا نام مولا حسین جن نے چھ ماہ دا بچہ اینج گھنڈا دے رکھ کے اسلام نو تحفہ دتا ہے آیا دا نام مولا حسین جن نے سر سجدے چ پوزیشن بنا کے جان دا نذرانہ دتا ہے آیا دا نام مولا حسین اے جن نے اسے واسطے نکریا کریا بستی بستی اسی دہائی دے رہے ہیں جن نے قران واسطے پتر برہا پتی دے دے دی تے اسی انہاں دی اس مارے من گا کے کہہ رہے ہیں عظمت لے نبی بھول نہ جانا لوگو پڑھ لو عظمت لے نبی بھول نہ جانا لوگوں تہاڈی محبت نو سلام ہے سارے میرے وال توجہ کر کے پڑھی جاؤ میں یہاں عظمت لے نبی بھول نہ جانا لوگوں دیکھنا غیر کی باتوں میں نہ آنا ایک منٹ تو پہلا جڑا چاہندا ہے دا سواب میرے ماپیاں نوں وی ہووے اپنے اپنے ماں باپ نوں سواب پہنچان واسطے ایک منٹ تو پہلا تھلے بیٹھ جائے تہاڈی محبت اللہ کو